ਕਮੈਂਟ ਸਾਹਿਬ ਇੱਕ ਵੀ ਆ ਰਿਹਾ ਕਿ ਅਮ੍ਰਿਤਾ ਵੜਿੰਗ ਜੀ ਨੂੰ ਤੁਸੀਂ ਗਿੱਦੜਵਾ ਤੋਂ ਚੋਣ ਦੀ ਜਿਹੜੀ ਤਿਆਰੀ ਕਰ ਰਹੇ ਹੋ, ਪਤਾ ਨਹੀਂ ਕਿੱਥੋਂ ਆ ਰਿਹਾ, ਮੈਨੂੰ ਲੱਗਦਾ ਤੇਰੇ ਮਨ ਚ ਹੀ ਇਕੱਲੇ ਦੇ ਆ ਰਿਹਾ, ਅਦਰਵਾਈਜ਼ ਤਾਂ ਹਦੇ ਕੁਝ ਨਹੀਂ ਆ ਰਿਹਾ। ਆਪਣੀ ਮਰਜ਼ੀ ਨਾਲ ਹੀ ਪੱਤਰਕਾਰ ਮੇਰੇ ਭਰਾ ਕਹਿ ਦਿੰਦੇ ਆ, ਮੈਂ ਕੀ ਕਹਿ ਰਿਹਾ ਗਿੱਦੜਵਾ ਛੱਡਣਾ, ਇਹਦਾ ਮਤਲਬ ਇਹ ਤਾਂ ਨਹੀਂ ਕਿ ਚੁਣਾਵ ਲੜਾਂਗੇ ਤਾਂ ਨਹੀਂ ਛੱਡਾਂਗੇ। ਹੁਣ ਮੈਂ ਵੜਿੰਗ ਪਿੰਡ ਚ ਰਹਿੰਦਾ, ਸੁਣ ਲੋ, ਵੜਿੰਗ ਪਿੰਡ ਚ ਰਹਿੰਦਾ, ਮੈਂ ਵੜਿੰਗ ਪਿੰਡ ਛੱਡ ਤਾਂ ਨਹੀਂ ਰਿਹਾ। ਮੇਰੇ ਕਹਿਣ ਦਾ ਮਤਲਬ ਤੁਸੀਂ ਇਹ ਕਿਹਾ ਕਰੋ, ਇਹ ਮੇਰਾ ਇੱਕ ਸਵਾਲ ਹੈ, ਨਾ ਕਿ ਇਹ ਵੀ ਸੁਣ ਨੂੰ ਆ ਰਿਹਾ। ਹਰ ਗੱਲ ਨੂੰ ਪੱਤਰਕਾਰ ਸਾਥੀ ਕਹਿੰਦੇ ਮੈਨੂੰ ਸੁਣ ਨੂੰ ਆ ਰਿਹਾ, ਨਹੀਂ ਤੁਹਾਡੇ ਵਰਕਰ ਹੀ ਕਹਿ ਰਹੇ। ਸੋ ਇਸ ਪ੍ਰਕਾਰ ਦੀ ਹਜੇ ਕੋਈ ਤਜਵੀਜ਼ ਨਹੀਂ ਹੈ। ਕਾਂਗਰਸ ਹਾਈ ਕਮਾਂਡ ਜੋ ਫੈਸਲਾ ਕਰੇਗੀ ਰਾਜਾ ਵੜਿੰਗ ਉਹ ਮੰਨੇਗਾ। ਰਾਜਾ ਵੜਿੰਗ ਦੀ ਸੀਐਮ ਜਾਂਚ ਕੀਤੀ ਜਾਵੇ, ਨਹੀਂ ਤਾਂ ਮੈਂ ਇਧਰੋਂ ਈਡੀ ਦੀ ਜਾਂਚ ਕਰਾਵਾਂਗਾ। ਚਲੋ, ਮੇਰੀ ਇਹ ਰਾਏ ਹੈ ਮੇਰੇ ਭਰਾ ਨੂੰ, ਮੇਰੀ ਜਾਂਚ ਜਿਹੜੀ ਕਰਾਉਣੀ ਹੈ ਉਹਨਾਂ ਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਲੇਕਿਨ ਪੰਜਾਬ ਨੇ ਇਹਨਾਂ ਚੀਜ਼ਾਂ ਤੋਂ ਕਦੇ ਕੁਝ ਨਹੀਂ ਖੱਟਿਆ। ਮੈਂ ਦੇਖਿਆ ਪੁਰਾਣਾ ਇਤਿਹਾਸ ਤੁਸੀਂ ਦੇਖ ਲਓ, ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਬਾਦਲ ਪਰਿਵਾਰ ਤੱਕ ਦਾ। ਮੈਨੂੰ ਲੱਗਦਾ ਕਿ ਸਾਨੂੰ ਲੋਕਾਂ ਨੂੰ ਪੋਜ਼ਿਟਿਵ ਰਾਜਨੀਤੀ ਕਰਨੀ ਚਾਹੀਦੀ ਹੈ। ਬਾਕੀ ਕਿਸੇ ਨੇ ਪੋਜ਼ਿਟਿਵ ਰਾਜਨੀਤੀ ਕਰਨੀ ਹੈ ਜੇ ਨਹੀਂ ਕਰਨੀ ਹੈ, ਉਹਦੇ ਉਸ ਵਿਅਕਤੀ ਦੀ ਆਪਣੀ ਮਰਜ਼ੀ ਹੈ। ਰੇਲਵੇ ਲਈ ਕੀ ਹੋ ਸਕਦਾ ਹੈ, ਔਰ ਮੈਨੂੰ ਲੱਗਦਾ ਫੂਡ ਪ੍ਰੋਸੈਸਿੰਗ ਪੰਜਾਬ ਦੇ ਅਸੇ ਕੀ ਕਰ ਸਕਦੀ ਹੈ, ਇਹਦੇ 'ਤੇ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਹੈ। ਅਗਰ ਇਸ ਦੇ ਬਾਵਜੂਦ ਵੀ ਤੁਹਾਡੇ ਕੋਲ ਸਮਾਂ ਬਚਦਾ ਹੈ ਤਾਂ ਫਿਰ ਤੁਸੀਂ ਇਹੋ ਜਿਹੇ ਕੰਮਾਂ 'ਤੇ ਆਪਣੀ ਤਵੱਜੋ ਲਾ ਸਕਦੇ ਹੋ। ਲੇਕਿਨ ਮੈਂ ਜਿਸ ਵਿਅਕਤੀ ਨੇ ਨੂੰ ਮੈਂ ਪੜ੍ਹਦਾ, ਜਿਸ ਵਿਅਕਤੀ ਨੂੰ ਮੈਂ ਪੋਲੀਟਿਕਸ ਦਾ ਭੀਸ਼ਮ ਪਤਾਮਾ ਮੰਨਦਾ, ਜਦੋਂ ਮੈਂ ਉਹਨਾਂ ਨੂੰ ਪੜ੍ਹਦਾ ਔਰ ਵੇਖਦਾ, ਉਹ ਇਹ ਕੀ ਸਿੱਖਿਆ ਦਿੰਦੇ ਆ ਕਿ ਆਪਣੀ ਤਰੀਕੇ ਨਾਲ ਪੋਜ਼ਿਟਿਵ ਰਾਜਨੀਤੀ ਕਰੋ। ਜਿਹੜੇ ਲੋਕ ਨੈਗੇਟਿਵ ਰਾਜਨੀਤੀ ਕਰਦੇ ਹੈ ਉਹ ਰਾਜਨੀਤੀ ਦੇ ਵਿੱਚ ਬਹੁਤੀ ਦੇਰ ਕਾਮਯਾਬ ਨਹੀਂ ਹੋ ਸਕਦੇ। ਔਰ ਉਹਦੇ 'ਚ ਇਹ ਵੀ ਲਿਖਿਆ ਕਿ ਗੁੱਸੇ ਵਾਸਤੇ ਰਾਜਨੀਤੀ 'ਚ ਕੋਈ ਜਗ੍ਹਾ ਨਹੀਂ ਹੈ। ਜਿਹੜਾ ਵਿਅਕਤੀ ਨੂੰ ਗੁੱਸਾ ਆਉਂਦਾ, ਜਿਹੜੇ ਵਿਅਕਤੀ ਦੇ ਮਨ ਦੇ ਵਿੱਚ ਬਦਲਾਖੋਰੀ ਦੀ ਭਾਵਨਾ, ਉਹ ਵਿਅਕਤੀ ਜ਼ਿਆਦਾਤਰ ਰਾਜਨੀਤੀ 'ਚ ਔਰ ਲੋਕਾਂ 'ਚ ਟਿਕ ਨਹੀਂ ਸਕਦੇ। ਮੇਰੀ ਰਾਏ ਹੈ ਕਿ ਜਿਵੇਂ ਅਯਾਲੀ ਸਾਹਿਬ ਨੇ ਕਿਹਾ, ਰਾਏ ਦਿੱਤੀ ਹੈ ਕਿ ਚੁੰਦਾ ਰਿਪੋਰਟ ਲਾਗੂ ਕਰ ਲੈਣੀ ਚਾਹੀਦੀ ਹੈ। ਸੁਖਬੀਰ ਜੀ ਨੂੰ ਮੈਂ ਇਹ ਰਾਏ ਦਿਆਂਗਾ, ਕਿਉਂਕਿ ਬਹੁਤ ਅਕਾਲੀ ਦਲ ਦੀ ਵੱਡਾ ਇਤਿਹਾਸ ਰਿਹਾ ਹੈ, ਕੇਵਲ ਆਪਣੇ ਪਰਿਵਾਰਵਾਦ ਦੇ ਮੋਹ ਦੇ ਵਿੱਚ ਅਕਾਲੀ ਦਲ ਨੂੰ ਮਾਰਿਆ ਨਾ ਜਾਵੇ। ਮੇਰੇ ਬੜੇ ਸਤਿਕਾਰਯੋਗ ਨੇ, ਲੇਕਿਨ ਕਾਂਗਰਸ ਪਾਰਟੀ ਦਾ ਦੇਖ ਲਓ ਇਤਿਹਾਸ, ਸੀਤਾਰਾਮ ਕੇਸਰੀ ਜੀ ਵੀ ਬਣੇ ਔਰ ਅੱਜ ਉਸ ਪਾਰਟੀ ਨੂੰ ਖੜਗੇ ਸਾਹਿਬ ਚਲਾ ਰਹੇ ਨੇ। ਸੋ ਮੈਨੂੰ ਲੱਗਦਾ ਹੈ ਕਿ ਆਪਣੇ ਸਾਥੀ ਸੰਜੋਗੀ ਸੱਜਣਾਂ ਦੀ ਗੱਲ ਮੰਨਦਿਆਂ ਹੋਇਆਂ ਝੁੰਦਾ ਰਿਪੋਰਟ ਜਿਹੜੀ ਉਹ ਕਹਿੰਦੇ ਹੈ ਉਹਦੇ 'ਤੇ ਜ਼ਰੂਰ ਵਿਚਾਰ ਕਰ ਲੈਣਾ ਅਕਾਲੀ ਦਲ ਨੂੰ ਚਾਹੀਦਾ। ਬਾਕੀ ਉਹਨਾਂ ਦਾ ਇੰਟਰਨਲ ਮਾਮਲਾ, ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ, ਨਹੀਂ ਤਾਂ ਉਹ ਮੇਰੇ 'ਤੇ ਹੀ ਹੁਣੇ ਹੱਥ ਧੋ ਕੇ ਮੇਰੇ ਪਿੱਛੇ ਪੈ ਜਾਣਗੇ। ਹਾਂ ਬਿਲਕੁਲ, ਨਜਾਇਜ਼ ਪਰਚਾ, ਕੁਲਬੀਰ ਜੀਰਾ ਜੀ ਉੱਥੇ ਉਪਸਥਿਤ ਨਹੀਂ ਸਨ, ਇਸ ਦੇ ਬਾਵਜੂਦ ਵੀ ਪਰਚਾ ਦਿੱਤਾ, ਉਹ ਧੰਨਵਾਦ ਕਰ ਰਹੇ ਸਨ। ਲੋਕਾਂ ਨੇ ਸੰਕੇਤ ਦਿੱਤੇ ਹੈ ਕਿ 2027 ਜਾਂ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ। ਲੋਕਾਂ ਨੇ ਇਹ ਵੀ ਸੰਕੇਤ ਦਿੱਤੇ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਅਗਵਾਈ ਕਾਂਗਰਸ ਪਾਰਟੀ ਕਰੇ, ਔਰ ਮੈਨੂੰ ਪੂਰਨ ਉਮੀਦ ਹੈ ਕਿ ਕਾਂਗਰਸ ਪਾਰਟੀ ਦਾ ਸਮੁੱਚਾ ਵਰਕਰ ਅਸੀਂ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕਾਂ ਦੀ, ਪੰਜਾਬ ਦੇ ਮਜ਼ਦੂਰਾਂ ਦੀ, ਕਿਸਾਨਾਂ ਦੀ, ਵਪਾਰੀਆਂ ਦੀ,
ਅਸੀਂ ਆਵਾਜ਼ ਦੇਸ਼ ਦੀ ਸੰਸਦ ਵਿੱਚ ਔਰ ਦੇਸ਼ ਦੀ ਪੰਜਾਬ ਦੀ ਵਿਧਾਨ ਸਭਾ ਵਿੱਚ ਬੁਲੰਦ ਕਰਾਂਗੇ।